ਸਾਰਾ ਰੋਡ ਹੈ ਨਾ ਇਦਾਂ ਹੀ ਆ ਸੋ ਲੈ ਆਉਣਾ ਕੋਈ ਡਿਫੀਕਲਟ ਨਹੀਂ ਲੋਕ ਕਹਿੰਦੇ ਕਿ ਲੈ ਜਾਣਾ ਬਹੁਤ ਡਿਫੀਕਲਟ ਆ ਕੋਈ ਡਿਫੀਕਲਟ ਨਹੀਂ ਬਹੁਤ ਆਈ ਗੈਸ ਈਜ਼ੀ ਆ ਬਸ ਦੂਰ ਆ ਉਹ ਜਨਾਬ ਸੌਂਗੇ Hello everyone, welcome to my video once again. Right now, I am in Kargil. Aaj jaise itho last stress lena ma, Kargil to Leh. So, asi Sunday raat 11 baje de ture hoye haan, Kargil tak pahunch ke. Hopefully, aaj asi Leh pahunch jaange. Mausam, right now, badhiya vavar. Baki, hun bas itho breakfast karke, packing sari fair almost hoi gayi hai. ਅਤੇ ਬ੍ਰੇਕਫਾਸਟ ਕਰਕੇ ਫਿਰ ਉੱਥੇ ਅਸੀਂ ਚੱਲਦੇ ਹਾਂ ਅਤੇ ਅੱਜ ਤੁਹਾਨੂੰ ਰਾਜ ਦਿਖਾਉਂਦੇ ਹਾਂ ਕੀ ਬਣਦਾ ਹੋਪਫੁਲੀ ਅੱਜ ਥੋੜ੍ਹਾ ਜਿਹਾ ਵਧੀਆ ਟਰੈਵਲ ਹੋ ਜਾਵੇ ਬਿਕੋਜ਼ ਅੱਜ ਥੋੜ੍ਹੇ ਜਿਹੇ ਹੁਣ ਫਰੈਸ਼ ਹੋ ਗਏ ਅਸੀਂ ਜੋ ਸਵੇਰੇ ਉੱਠਿਆ ਸੀ ਉਹ ਤਾਂ ਲੱਗਿਆ ਸੀ ਕਿ ਬਹੁਤ ਟਾਇਰਡ ਆ ਬਟ ਹੁਣ ਨਹਾ ਕੇ ਥੋੜ੍ਹਾ ਵਧੀਆ ਫੀਲ ਹੋਣ ਲੱਗ ਗਿਆ ਚਲੋ ਬਾਕੀ ਤਾਂ ਠੀਕ ਆ ਮਿਲਦੇ ਹਾਂ ਸੜਕ 'ਤੇ ਜਾ ਕੇ ਜਾਂ ਗੱਡੀ 'ਚ ਜਾ ਕੇ ਉਹ ਸਾਡਾ ਸਨੀ ਥੱਲੇ ਗੱਡੀ ਸਾਫ਼ ਕਰਨ ਲੱਗਾ ਤੁਹਾਨੂੰ ਮੈਂ ਦਿਖਾਉਣਾ ਉਹਦੇ ਸਨੀ ਗੱਡੀ ਸਾਫ਼ ਕਰ ਰਿਹਾ ਚੱਕ ਚੰਗੀ ਤਰ੍ਹਾਂ ਕਰਦੇ ਚੰਗੀ ਤਰ੍ਹਾਂ ਸ਼ਾਬਾਸ਼ ਸਾਡੀ ਰੈਡੀ ਹੋ ਗਈ ਪੈਕਿੰਗ ਸ਼ੈਕਿੰਗ ਡਨ ਜਾਣਦੇ 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 ਕੱਟੀਆ 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 ਆਪਾਂ ਆਪਣਾ ਸਰੀਰ ਹੁੰਦਾ ਤਾਂ ਰੈਡੀ ਸੀ ਪਰ ਉਹ ਮਤਲਬ ਉੱਦਾਂ ਹੋ ਜਾਂਦਾ ਉਹ ਪ੍ਰੈਸ਼ਰ ਕਰਕੇ ਨਾ ਯੇ ਹੈ ਕਾਰਗਿਲ ਮੇਰੀ ਜਾਨ ਬਈ ਯਾਰ ਨਹੀਂ ਨਹੀਂ ਸਿੱਧੇ ਜਾਣਾ ਸਿੱਧੇ ਸਿੱਧੇ ਕੋਈ ਯਾਰ ਫਿਰ ਆਪਾਂ ਕਿਹੜਾ ਗੋਲੀ ਮਾਰ ਦੇਣਗੇ ਵੈਰੀ ਹਿਊਜ ਮਾਊਂਟੇਨਸ ਵੈਰੀ ਨੈਕਸਟ ਰਾਈਟ ਉਹ ਯਾਰ ਸਨੀ ਗੱਡੀ ਨਾ ਲਾ ਯਾਰ ਯਾਰ ਮੈਂ ਕੀ ਕਰਦਾ ਯਾਰ ਹੁਣ ਆ ਉੱਪਰ ਜਾਣਾ ਹੈ ਉੱਥੇ ਜਾਣਾ ਉੱਪਰ ਹਾਂ ਸ਼ਾਰਪ ਰਾਈਟ ਆ ਗਏ ਆ ਦੇਖ ਤੂੰ ਕਿਰਪਿਆ ਆਪਣੀ ਆਇਡੈਂਟੀ ਦਿਖਾਓਏ ਉਹ ਤੇਰੀ 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 ਆ ਕੀ ਕੀਤਾ ਸੀ ਇੱਕ ਨਹੀਂ ਜਾਣੀ ਆ ਸ਼ਾਰਪ ਰਾਈਟ ਗਿਲ ਦੀ ਲੜਾਈ ਨਹੀਂ ਸੀ ਆ ਦੇਖੋ ਫਿਲਮਾਂ ਦੀ ਦੁੱਖ ਦਿਖਾਉਂਦੇ ਹੁੰਦੇ ਇੱਟਾਂ ਦੇ ਬਣਾ ਆ ਦੇਖੋ ਪੱਚੀਆਂ ਦੰਦਾਂ ਅੱਜ ਵਿਊ ਲੱਗਦਾ ਵਧੀਆ ਆ ਜਾਣਗੇ ਮੇਰੀ ਹਾਂ ਸਨੀ ਵਫਾਦਾਰੀ ਮਾਰੇ ਖੂਨ ਮੇ ਹੈ ਜ਼ੁਬਾਨ ਔਰ ਜਾਨ ਸਿਰਫ ਇੱਕ ਹੀ ਬਾਰ ਦੀ ਜਾ ਸਕੇ ਅੱਜ ਸੇ ਤੁਮ ਤਾਰੇ ਕੀ ਲਿਖਿਆ ਹੈ ਨਾ ਇਸ ਹੱਸਦੇ ਹੋਏ ਨਾ ਇਸ ਮੁਸਕਰਾਤੇ ਹੋਏ ਚਿਹਰੇ ਕੇ ਪੀਛੇ ਕਾ ਰਾਜ਼ ਮਤ ਪੁੱਛਣਾ ਕਭੀ ਦਿਲ ਸੇ ਦਿਲ ਲਗਾਨਾ ਸੱਚ ਪੁੱਛ ਸੱਚ ਪੁੱਛ ਰੋਣਾ ਸ਼ੁਰੂ ਕਰੋ ਉਹ ਬਹੁਤ ਗਲਤ ਲੱਗ ਰਿਹਾ ਵਾ ਦੇਖਤਾ ਸੀ ਕਮਜ਼ੋਰ ਜਿਹਾ ਨਹੀਂ ਲੱਗਦਾ ਕੋਈ ਕਮਜ਼ੋਰ ਹੋ ਰਿਹਾ ਯਾਰ ਮੈਂ ਨਹੀਂ ਨਹੀਂ ਸਮਾਰਟ ਆ ਮੈਂ ਤਾਂ ਯੁਵਰਾਜ ਸਿੰਘ ਦਾ ਚੱਪਲ ਇੱਕ ਹਾਲ ਅੱਜ ਤੱਕ ਪਾਉਣਾ ਤੂੰ ਸੌਂਗ ਥੋੜਾ ਥੋੜਾ ਵਰਿੰਦਰ ਗੱਲੇ ਦੰਦ ਦੇ ਥੋੜੇ ਥੋੜੇ ਜੇ ਨਹੀਂ ਉਹ ਕਿਹੜਾ ਗਾਣਾ ਸੀ ਯਾਰ ਉਹ ਬਾਬੀ ਜੀ ਆ ਦੇ ਤੈਨੂੰ ਪਿਆਰ ਕਰਦੀ ਚੱਲ ਦੇ ਤਬਾਰੇ ਚਾ ਦੇਵਤਾ ਸਨੀ 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 ਮੁੱਛਦੇ ਫੇਰ ਹੱਥ ਮੜਾ ਜਾ
ਮੈਂ ਮਤ ਨਾ ਕੁਛ ਨੀ ਯਾਰ ਇਹਨੇ ਆਈ ਕੋ ਕਰਨਾ ਹੁੰਦਾ ਗਿਆਨੀ ਨੇ ਤਾਂ ਪਾਗਲ ਹੈ I'm just sitting here I got time It's clear to see From up here The world seems small We can sit together It's so beautiful You and me ਯਾ ਕਿੱਥੇ ਖੜ ਕੇ ਧੋਣ ਲੱਗ ਗਈ ਗੱਡੀ ਇਹਦੇ ਕਰਕੇ ਗੱਡੀ ਧੋਣ ਲੱਗ ਗਈ ਦੇਤਾ ਸੀ ਕੈਸੇ ਦੇ ਵਿਊ ਦੇਖੋ ਮੇਰੇ ਮਗਰ ਸਾਰੇ 360 ਵਿਊ ਦਿਖਾਉਣਾ ਤੁਹਾਨੂੰ ਆ ਗਿਆ ਹੁਣ ਮੂਹਰੇ ਬੈਠੂ ਗੁਰਮੀਤ ਧੱਕੇ ਨਾਲ ਕਾਰਗਿਲ ਤੋਂ 20-25 ਕਿਲੋਮੀਟਰ ਆ ਗਏ ਅਸੀਂ ਵਿਊ ਵਧੀਆ ਹੋਈ ਜਾਂਦਾ ਹੁਣ ਥੋੜ੍ਹੀ ਜਿਹੀ ਥਕਾਵਟ ਵੀ ਲੈਣ ਜਾਂਦੀ ਹੈ ਵਿਊ ਦੇਖੋ ਮਗਰ ਮੇਰੇ ਉਹ ਉੱਪਰ ਬਰਫ਼ ਆ ਥੱਲੇ ਰੋਡ ਜਾਂਦੀ ਹੈ ਸਾਰਾ ਵਿਊ ਇੱਦਾਂ ਹੀ ਵੈਰੀ ਨਾਈਸ ਊਂ ਇੱਕ ਗੱਲ ਆ ਇੱਥੇ ਕੋਈ ਵੀ ਦਰੱਖਤ ਨਹੀਂ ਹੈ ਸੋ ਥੋੜ੍ਹੀ ਜਿਹੀ ਆਕਸੀਜਨ 'ਚ ਪ੍ਰੋਬਲਮ ਹੋ ਰਹੀ ਆ ਤਾਂ ਕਰਕੇ ਅਸੀਂ ਇੱਥੇ ਜ਼ਿਆਦਾ ਟਾਈਮ ਨਹੀਂ ਕਰਨਾ ਛੋਟੇ ਛੋਟੇ ਬ੍ਰੇਕ ਲਵਾਂਗੇ ਜ਼ਿਆਦਾ ਟਾਈਮ ਨਹੀਂ ਥਾਂ 'ਤੇ ਨਹੀਂ ਕਰਾਂਗੇ ਬਸ ਕੋਈ ਵੀ ਦਰੱਖਤ ਨਹੀਂ ਹੈ ਕਿਤੇ ਸਾਰਾ ਪਲੇਨ ਪਿਆ ਬਾਕੀ ਹੁਣ ਗਾਹਾਂ ਚੱਲਦੇ ਨੇ ਦੇਖਦੇ ਕੀ ਹੁੰਦਾ ਅਤੇ ਢਾਬੇ 'ਤੇ ਹੁਣ ਚਾਹ ਬ੍ਰੇਕ ਜੀ ਲੈਣ ਲੱਗੇ ਹਾਂ ਉਹ ਆਪਣੀ ਗੱਡੀ ਖੜ੍ਹੀ ਆ ਉਹ ਪਵਨ ਬੈਠੀ ਆ ਅਤੇ ਬਾਕੀ ਇੱਥੇ ਸਾਰਾ ਕੁਛ ਵਧੀਆ ਆਪਣੇ ਆਹੀ ਖਾਣ ਪੀਣ ਦੀ ਫੈਸਿਲਿਟੀ ਘੱਟ ਅਤੇ ਆ ਵਾਸ਼ਰੂਮ ਦੀ ਫੈਸਿਲਿਟੀ ਘੱਟ ਹੁੰਦੀ ਸਪੈਸ਼ਲੀ ਲੇਡੀਜ਼ ਦੀ ਚੱਲ ਬੰਦਿਆਂ ਦਾ ਸਰ ਚਿੰਦਾ ਬਾਕੀ ਠੀਕ ਆ ਹੁਣ ਚਾਹ ਪੀਵਾਂਗੇ ਆਹ ਦੁਕਾਨ ਤੋਂ ਫਿਰ ਦੇਖਦੇ ਹਾਂ ਗੋਲਡਨ ਮਾਊਂਟੇਨਸ ਨਾਈਸ ਦੇਖੋ ਰੋਡ
ਅਸੀਂ 50 ਕਿਲੋਮੀਟਰ ਪਿੱਛੇ ਹਾਂ ਲੇਹ ਤੋਂ। ਵਿਊ ਦੇਖੋ, ਇਹ ਵਿਊ ਲਈ ਕਰਕੇ ਲੋਕ ਇੱਥੇ ਆਉਂਦੇ ਆ, ਐਂਡ ਸਾਰਾ ਰੋਡ ਨਾ ਇੱਦਾਂ ਹੀ ਆ। ਸੋ ਲੇਹ ਆਉਣਾ ਕੋਈ ਡਿਫੀਕਲਟ ਨਹੀਂ, ਲੋਕ ਕਹਿੰਦੇ ਕਿ ਲੇਹ ਜਾਣਾ ਬਹੁਤ ਡਿਫੀਕਲਟ ਆ, ਕੋਈ ਡਿਫੀਕਲਟ ਨਹੀਂ, ਬਹੁਤ ਆਈ ਗੈਸ ਈਜ਼ੀ ਆ, ਬਸ ਦੂਰ ਆ। ਬਸ ਇਹੀ ਔਖਾ ਕਿ ਸਾਨੂੰ, ਅਸੀਂ ਸੰਡੇ ਦੇ ਤੁਰੇ ਹੋਏ ਹਾਂ, ਵੈਡਨਸਡੇ ਹੋ ਗਿਆ, ਪਹਿਲਾਂ ਪਹੁੰਚੇ ਨਹੀਂ, ਬਟ ਹੁਣ ਵਿਊ ਦੇਖੋ। ਯੇ ਹੈ ਲੇਹ, ਯੋ ਬ੍ਰੋ, ਯੋ ਇਹੋ ਜਿਹੇ ਵਿਊ ਦੇਖ ਦੇਖ ਬੰਦਾ ਥੱਕਦਾ ਨਹੀਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਊ ਆਈ ਗਏ, ਬਸ ਹੁਣ ਲੇਹ ਪਹੁੰਚਣ ਵਾਲੇ ਹਾਂ, ਬਸ 30 ਕੁ ਕਿਲੋਮੀਟਰ ਰਹਿ ਗਿਆ। ਮਾਸਟਰ ਜੀ ਹੁਣੀ ਥੋੜ੍ਹੇ ਜਿਹੇ ਬਿਮਾਰ ਫੀਲ ਕਰਨ ਲੱਗ ਗਏ, ਐਮ ਆਰ ਕੀ ਹੋ ਗਿਆ ਬਰਾਟੋ, ਬਸ ਥੋੜ੍ਹਾ ਉਹ ਹੋ ਗਿਆ, ਕੁੱਤੇ ਵਾਲਾ ਆ ਗਏ, ਇੱਕ ਮੈਨੂੰ ਲੱਗਦਾ ਮੈਗੀ ਨਾਲ ਹੋ ਗਿਆ ਨਾ, ਪਰ ਤੂੰ ਖਾਧੀ ਨਹੀਂ ਚਾਹ ਨਾਲ। ਚੱਲ ਕੋਈ ਨਾ, ਸ਼ਾਇਦ ਚਾਹ ਨਾਲ ਹੀ ਹੋਇਆ ਹੋਵੇ। ਚੰਗਾ, ਸਤਿ ਸ਼੍ਰੀ ਅਕਾਲ। ਮੈਂ ਬਿਆਨ ਨਹੀਂ ਕਰ ਸਕਦਾ, ਪਰ ਕੈਮਰਾ ਮੇਰਾ ਜਸਟਿਸ ਕਰਦਾ ਨਹੀਂ ਹੋਣਾ, ਪਰ ਮੈਂ ਕਹਿੰਦਾ ਜਮਾ ਹੀ ਸਿਰਾ ਲਾਇਆ ਪਿਆ। ਫੇਸ 'ਤੇ ਪੈਰ ਧਰਨ ਦੀ ਲੋੜ ਨਹੀਂ, ਗੱਡੀ 90 'ਤੇ ਕੌਂਸਟੈਂਟ ਜਾ ਰਹੀ ਹੈ। ਸੂਈ ਦੇਖੋ ਹੈਲਦੀ ਨਹੀਂ, ਬ੍ਰੇਕ ਮਾਰਨੇ ਪੈਂਦੇ ਆ। ਕਿਆ ਬਾਤ ਹੈ ਯਾਰ, ਪਲੇਨ ਰੋਡ ਆ, ਥੋੜ੍ਹੀ ਚੱਲ ਯਾਰ, ਰਾਨੀ ਦੀ ਗੱਲ ਆ। ਠੀਕ ਠਾਕ ਲੇਹ ਪਹੁੰਚ ਗਏ ਅਰਾਊਂਡ 5:30-6 ਵਜੇ। ਉਸ ਤੋਂ ਬਾਅਦ ਜਦੋਂ ਹੋਟਲ ਪਹੁੰਚੇ ਤਾਂ ਇੰਡੀਆ ਅਤੇ ਨਿਊਜ਼ੀਲੈਂਡ ਦਾ ਮੈਚ ਦੇਖਣ ਲੱਗ ਗਏ। ਇੰਡੀਆ ਬਹੁਤ ਹੀ ਮਾੜੀ ਪੋਜੀਸ਼ਨ 'ਚ ਸੀਗੀ, ਪਰ ਫਿਰ ਦਰੇਜਾ ਨੇ ਬਹੁਤ ਹੀ ਵਧੀਆ ਇਨਿੰਗ ਖੇਡੀ ਅਤੇ ਜਿਹਦੇ ਕਰਕੇ ਮੈਚ ਇੰਟਰਸਟ ਬਣ ਗਿਆ। ਪਰ ਜਦੋਂ ਇੰਡੀਆ ਹਾਰ ਗਈ ਫਿਰ ਥੋੜ੍ਹੇ ਟਾਈਮ ਲਈ ਅਸੀਂ ਅਪਸੈਟ ਹੋ ਗਏ। ਚਲੋ ਕੋਈ ਨਾ, ਦਿਨ ਹੁੰਦਾ ਕਦੇ ਕਿਸੇ ਦਾ ਕਦੇ ਕਿਸੇ ਦਾ। ਇੰਡੀਆ ਵੈਸੇ ਵਧੀਆ ਖੇਡੀ ਸੀਗੀ, ਗਰੁੱਪ ਸਟੇਜ 'ਚ ਇੰਡੀਆ 1 ਰਹੀ, ਓਵਰਆਲ ਇੰਡੀਆ ਰੈਂਕਿੰਗ 'ਚ ਵੀ 1 ਆ ਰਹੀ ਹੈ ਰੈਂਕਿੰਗ 'ਚ। ਅਤੇ ਕੋਈ ਨਾ, ਨੈਕਸਟ ਟਾਈਮ, ਕਾਫੀ ਲੋਕ ਹੁਣ ਕ੍ਰਿਟੀਸਾਈਜ਼ ਕਰਨਗੇ ਉਹਨਾਂ ਨੂੰ, ਬਟ ਆ ਮੇਰੀ ਹਮੇਸ਼ਾ ਸਪੋਰਟ ਆ, ਬਿਕੋਜ਼ ਇੰਡੀਆ ਦੀ ਟੀਮ ਐਟ ਏ ਟਾਈਮ 1 ਟੀਮ ਇਨ ਦੀ ਵਰਲਡ। ਸੋ ਚਲੋ ਛੱਡੋ, ਉਸ ਤੋਂ ਬਾਅਦ ਅਸੀਂ ਫਿਰ ਮਾਰਕੀਟ ਥੋੜ੍ਹਾ ਬਹੁਤਾ ਘੁੰਮਣ ਗਏ, ਦੇਖੋ ਮਾਰਕੀਟ ਕਿੱਦਾਂ ਦੀ ਸੀ।
ਮਾਰਕੀਟ ਕਾਫੀ ਕਰਾਊਡਡ ਸੀਗੀ ਐਜ਼ ਕੰਪੇਅਰ ਟੂ ਮਨਾਲੀ ਟੂਰਿਸਟ ਸੀਗੇ ਆਈ ਡੋਂਟ ਨੋ ਟੂਰਿਸਟ ਲੋਕ ਜੇ ਐਂਡ ਕੇ ਦੇ ਸੀ ਜਾਂ ਬਾਹਰ ਦੇ ਸੀਗੇ ਕਾਫੀ ਪੰਜਾਬ ਦੀਆਂ ਗੱਡੀਆਂ ਵੀ ਸੀਗੀਆਂ ਇੱਥੇ ਐਂਡ ਇੱਕ ਹੋਰ ਗੱਲ ਕਾਫੀ ਲੋਕ ਕਹਿੰਦੇ ਆ ਕਿ ਲੇਹ ਦਾ ਰਾਸਤਾ ਬਹੁਤ ਡਿਫੀਕਲਟ ਆ ਬਟ ਮੈਨੂੰ ਨਹੀਂ ਲੱਗਦਾ ਲੇਹ ਦਾ ਰਾਸਤਾ ਡਿਫੀਕਲਟ ਆ ਚਾਹੇ ਡਟ ਅਲਟੋ ਨੈਨੋ ਨਹੀਂ ਅਲਟੋ ਸਵਿਫਟ ਆਰਾਮ ਦੇ ਨਾਲ ਬਾਏ ਸ਼੍ਰੀਨਗਰ ਰੋਡ ਆਰਾਮ ਦੇ ਨਾਲ ਆ ਸਕਦੀ ਆ ਸਿਰਫ 20 ਕਿਲੋਮੀਟਰ ਦਾ ਪੈਚ ਖਰਾਬ ਆ ਸੋਨਮਾਰਗ ਤੋਂ ਬਾਅਦ 'ਚ ਕਾਰਗਿਲ ਤੋਂ ਬਾਅਦ ਸਾਰਾ ਰਾਹ ਬਿਲਕੁਲ ਟਿਪ ਟੋਪ ਕੋਈ ਟੈਨਸ਼ਨ ਨਹੀਂ ਸੋ ਬਸ ਹੁਣ ਅਸੀਂ ਸੌਣ ਲੱਗਦੇ ਹਾਂ ਅਤੇ ਕੱਲ੍ਹ ਸਵੇਰੇ ਉੱਠ ਕੇ ਸ਼ਾਇਦ ਸਾਡਾ ਖਾਰਦੂਗਲਾਂ ਦਾ ਪਲੈਨ ਆ ਸਵੇਰੇ ਉੱਠ ਕੇ ਬਸ ਪਹਿਲਾਂ ਪਰਮਿਟ ਲੈਣਾ ਵਾ ਇੱਥੇ ਏਅਰਲਾਈਨ ਪਰਮਿਟ ਲੈਣਾ ਪੈਂਦਾ ਲੇਹ ਆਉਣ ਤੋਂ ਪਹਿਲਾਂ ਤੱਕ ਦਾ ਕੋਈ ਪਰਮਿਟ ਨਹੀਂ ਬਸ ਹੁਣ ਜਦੋਂ ਲੇਹ ਤੋਂ ਗਾਹਾਂ ਜਾਣਾ ਵਾ ਤਾਂ ਸਾਨੂੰ ਪਰਮਿਟ ਚਾਹੀਦੇ ਨੇ ਸੋ ਚਲੋ ਰਾਈਟ ਨਾਓ ਸੌਂਦੇ ਹਾਂ ਸਵੇਰੇ ਮਿਲਦੇ ਹਾਂ ਓਵਰ ਐਂਡ ਆਊਟ ਗੁੱਡ ਨਾਈਟ ਬਾਏ ਬਾਏ